ਜਿਹੜੀਆਂ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਇਸ ਇਲਾਕੇ 'ਚ ਮੈਡੀਕਲ ਕਾਲਜ ਬਣਾਉਣ ਦੇ ਨਾਂ ਤੇ ਸਿਆਸਤ ਕਰਨੀ ਜਿਹੜੀ ਹੈ ਇਹ ਬਹੁਤ ਹੀ ਮੰਦਭਾਗ ਹੈ। ਜਿਹੜੀ ਇਹ ਸਰਕਾਰ ਹੈ ਇਹਦਾ ਮਕਸਦ ਜਿਹੜਾ ਮੁੱਦੇ ਬਣਾਉਣਾ ਮੁੱਦੇ ਹੱਲ ਕਰਨਾ ਨਹੀਂ ਹੈ। ਗੁਰੂ ਘਰਾਂ ਨੂੰ ਜ਼ਮੀਨ ਦਿੰਦੇ ਤਾਂ ਦੇਖੇ ਨੇ, ਗੁਰੂ ਘਰ ਤੋਂ ਜ਼ਮੀਨ ਲੈਂਦੇ ਪਹਿਲੀ ਵਾਰੀ ਦੇਖੀ ਹੈ ਕੋਈ ਸਰਕਾਰ 'ਚ ਦੇਖੀ ਹੈ। ਇਹ ਕਾਲਜ ਬਣਾਉਣ ਦੀ ਗੱਲ ਨਹੀਂ ਹੈ, ਇਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਗੱਲ ਹੈ। ਮਸਤੂਣਾ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਹੈ, ਧਾਰਮਿਕ ਜ਼ਮੀਨਾਂ ਮਾਫੀਆ ਪੈਦਾ ਹੋ ਰਿਹਾ ਹੈ। ਆਮ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਮੁੱਦੇ ਬਣਾਉਂਦੀ ਹੈ, ਉਹ ਮੁੱਦਾ ਇੱਕ ਝੂਠਾ ਖੜਾ ਕਰਨ ਦਾ ਇੱਕ ਯਤਨ ਕੀਤਾ ਜਾਂਦਾ ਹੈ। ਜਿਹੜੇ ਧਾਰਮਿਕ ਜ਼ਮੀਨ ਮਾਫੀਆ ਦੇ ਬੰਦੇ ਨੇ ਜਿਨ੍ਹਾਂ ਨੇ ਰਜਿਸਟਰੀ ਕਰਵਾਈ ਹੈ ਉਹਨਾਂ ਨੇ ਪੁਰਸ਼ੋਤਮ ਸਿੰਘ ਪੱਗੂ ਵਾਲਿਆਂ ਨੂੰ ਧਮਕਾਇਆ। ਉਹਨਾਂ ਨੇ ਇਹ ਕਿਹਾ ਕਿ ਤੂੰ ਰੋਕ ਨਹੀਂ ਸਕਿਆ, ਅਸੀਂ ਨਕਲੀ ਹਰਿਮੰਦਰ ਸਾਹਿਬ ਵੀ ਬਣਾਤਾ, ਹੁਣ ਤੂੰ ਕੀ ਕਰ ਲਏਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਇੱਕ ਨੀਂਹ ਪੱਥਰ ਰੱਖਿਆ ਸੀ, ਇਹਦੇ ਹੱਕ ਆ ਜਿਹੜਾ ਇਸ ਜ਼ਮੀਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਇਹਦੀ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੋਰ ਕਿਸੇ ਨੂੰ ਵੀ ਹੱਕ ਨਹੀਂ ਕੋਈ ਇਹ ਜ਼ਮੀਨ ਅੱਗੇ ਕੋਈ ਰਜਿਸਟਰੀ ਕਰਵਾਵੇ। ਪਰ ਇਹਦੇ ਵਿੱਚ ਇੱਕ ਬਹੁਤ ਵੱਡੀ ਸਾਜ਼ ਰਚੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਹੈ ਧਾਰਮਿਕ ਜਿਹੜੇ ਗੁਰਦੁਆਰੇ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਕਾਬਜ਼ ਕਰਨ ਤੇ ਲੱਗੀ ਹੋਈ ਹੈ। ਦੇਖੋ ਅੱਜ ਅਸੀਂ ਜਿਹੜਾ ਇਹ ਧਰਨਾ ਲਾ ਰਹੇ ਹਾਂ ਇਹਦਾ ਮਸਤੂਣਾ ਮੈਡੀਕਲ ਕਾਲਜ ਦਾ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਇੱਕ ਨੀਂਹ ਪੱਥਰ ਰੱਖਿਆ ਸੀ ਉਹਦੇ ਸੰਬੰਧ 'ਚ ਹੈ, ਕਿਉਂਕਿ ਉਹ ਜਿਹੜੀ ਜ਼ਮੀਨ ਹੈ ਜਿੱਥੇ ਇਹਨਾਂ ਨੇ ਨੀਂਹ ਪੱਥਰ ਰੱਖਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਬੇ ਸਮੇਂ ਤੋਂ 1964 ਦੇ ਵਿੱਚ ਸਿੱਖ ਗੁਰਦੁਆਰਾ ਨੋਟੀਫਾਈਡ ਹੋਇਆ ਸੀ, ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਔਰ ਸਾਰੀਆਂ ਅਦਾਲਤਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਹੋਇਆ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਹੱਕ 'ਚ ਹੋਇਆ। ਸੋ ਇਸ ਕਰਕੇ ਬੜੀ ਸਾਸ ਦੇ ਅਧੀਨ ਕੁਝ ਅਣਅਧਿਕਾਰਤ ਕਮੇਟੀ ਬਣਾ ਕੇ ਔਰ ਜਿਹੜੀ ਇਹ ਜ਼ਮੀਨ ਗਿਫਟ ਦਿੱਤੀ ਗਈ ਹੈ ਸ਼੍ਰੋਮਣੀ ਆਪਣਾ ਸਰਕਾਰ ਨੂੰ ਔਰ ਇਹਦੇ ਵਿੱਚ ਇੱਕ ਬਹੁਤ ਵੱਡੀ ਸਾਸ ਰਚੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਹੈ ਧਾਰਮਿਕ ਜਿਹੜੇ ਗੁਰਦੁਆਰੇ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਕਾਬਜ਼ ਕਰਨ 'ਤੇ ਲੱਗੀ ਹੋਈ ਹੈ। ਸੋ ਅੱਜ ਇਹਦੇ ਲਈ ਅਸੀਂ ਇਹ ਧਰਨਾ ਦਿੱਤਾ, ਕਿਉਂਕਿ ਅਸੀਂ ਹੱਕ 'ਚ ਹਾਂ, ਅਸੀਂ ਸਾਰੀਆਂ ਭਾਵਨਾ ਸਮਝਦੇ ਹਾਂ ਇਲਾਕੇ ਦੀਆਂ, ਜੋ ਭਾਵਨਾਵਾਂ ਨੇ ਕਿ ਇੱਥੇ ਮੈਡੀਕਲ ਕਾਲਜ ਬਣਨਾ ਚਾਹੀਦਾ, ਅੱਜ ਵੀ ਅਸੀਂ ਕਹਿੰਦੇ ਮਸਤੂਣਾ ਵਿਖੇ ਮੈਡੀਕਲ ਕਾਲਜ ਬਣਨਾ ਚਾਹੀਦਾ, ਲੇਕਿਨ ਇਹਦੇ ਲਈ ਜਿਹੜੀ ਉੱਥੋਂ ਦੀ ਮਾਲਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਾਰੀ ਜਾਇਦਾਦ ਦੀ ਉਹਦੇ ਨਾਲ ਪੰਜਾਬ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ। ਇਹਦੇ ਲਈ ਸਾਡੀ ਜਿਹੜੀ ਐਗਜੈਕਟਿਵ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਧਾਮੀ ਸਾਹਿਬ ਪ੍ਰਧਾਨ ਨੇ ਉਹਨਾਂ ਨੇ ਮਤਾ ਵੀ ਪਾਸ ਕੀਤਾ ਕਿ ਇਹਦੇ ਹੱਕ ਆ ਜਿਹੜਾ ਇਸ ਜ਼ਮੀਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਇਹਦੀ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੋਰ ਕਿਸੇ ਨੂੰ ਵੀ ਹੱਕ ਨਹੀਂ ਕੋਈ ਇਹ ਜ਼ਮੀਨ ਅੱਗੇ ਕੋਈ ਰਜਿਸਟਰੀ ਕਰਵਾਵੇ। ਸੋ ਇਸ ਲਈ ਅਸੀਂ ਅੱਜ ਬੇਨਤੀ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਐਗਜੈਕਟਿਵ ਕਮੇਟੀ 'ਚ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਲਿਖਤੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰੇ, ਇਹਦੇ ਲਈ ਅਸੀਂ ਉਹ ਮਤੇ ਦੀ ਕਾਪੀ ਸਾਡੇ ਸੰਗਰੂਰ ਦੇ ਡੀ ਸਾਹਿਬ ਨੂੰ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਮੈਂਬਰ ਸੀ ਅਸੀਂ ਦੇਖ ਵੀ ਆਏ ਸੀ, ਉਹਨਾਂ ਨੂੰ ਕਿਹਾ ਵੀ ਸੀ ਕਿ ਪੰਜਾਬ ਸਰਕਾਰ ਨੂੰ ਕਹੋ ਕਿ ਇਹ ਉਹਨਾਂ ਕੋਲ ਪਹੁੰਚਾਵੋ ਤਾਂ ਕਿ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰੇ। ਦੇਖੋ ਇਹ ਪਹਿਲਾ ਮਸਲਾ ਤਾਂ ਕਾਲਜ ਬਣਾਉਣ ਦਾ ਸੀ, ਬੜੀ ਖੁਸ਼ੀ ਹੋਈ ਸੀ ਕਿ ਸਾਡੇ ਜ਼ਿਲ੍ਹੇ ਦਾ ਮੁੱਖ ਮੰਤਰੀ ਹੈ ਇੱਥੇ ਕਾਲਜ ਬਣਨਾ ਹੈ ਮੈਡੀਕਲ ਕਾਲਜ, ਸਾਰੇ ਲੋਕ ਖੁਸ਼ ਤੇ ਗਏ। ਲੇਕਿਨ ਇਹਦੇ ਵਿੱਚੋਂ ਪੁਰਸ਼ੋਤਮ ਸਿੰਘ ਪੱਗੂ ਵਾਲਾ ਜਿਹੜੇ ਪੰਥਕ ਚੇਤਨਾ ਲਹਿਰ ਦੇ ਮੁਖੀ ਨੇ ਅਤੇ ਭਾਈ ਜਗਮੇਲ ਸਿੰਘ ਸਾਜਲਾ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਦੇ ਪ੍ਰਧਾਨ ਨੇ, ਇਹਨਾਂ ਨੇ ਦੋ ਤਿੰਨ ਗੱਲਾਂ ਉਜਾਗਰ ਕੀਤੀਆਂ ਸੀਗੀਆਂ ਕਿ ਇਹਨਾਂ ਨੇ ਕਿਹਾ ਸੀ ਕਿ ਇਹ ਕਾਲਜ ਬਣਾਉਣ ਦੀ ਗੱਲ ਨਹੀਂ ਹੈ, ਇਹ ਕੇਵਲ ਤੇ ਕੇਵਲ ਸਿੱਖ ਪੰਥ ਦੀ ਸਰਮੋਰੀਅਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਗੱਲ ਹੈ। ਅਤੇ ਇਸ ਤਰ੍ਹਾਂ ਇਹਨਾਂ ਨੇ ਮੋਰਚਾ ਲਾਇਆ ਸੀਗਾ ਅਤੇ ਉਹਦੇ ਉੱਤੇ ਜਦੋਂ ਅਸੀਂ ਇਹ ਗੱਲ ਅੱਜ ਮਈ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਪਹੁੰਚ ਗਈ ਤਾਂ ਸਾਨੂੰ ਵੀ ਇਹਦੇ ਵਿੱਚੋਂ ਗੱਲਾਂ ਦੋ ਨਿਕਲ ਕੇ ਸਾਹਮਣੇ ਪਤਾ ਲੱਗਿਆ, ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਸੱਚ ਨਿਕਲੀਆਂ। ਨੰਬਰ ਇੱਕ ਤਾਂ ਇਹ ਹੋਇਆ ਕਿ ਇਹ ਕੋਈ ਜਿਹੜੀ ਰਜਿਸਟਰੀ ਕਿਸੇ ਦੂਸਰੇ ਬੰਦਿਆਂ ਤੋਂ ਅਣਅਧਿਕਾਰਤਾਂ ਤੋਂ ਕਰਵਾਈ ਹੈ, ਉਹ ਕੋਈ ਕਾਲਜ ਵਾਸਤੇ ਨਹੀਂ ਬਣਾਈ, ਉਹ ਤਾਂ ਰਜਿਸਟਰੀ ਕੇਵਲ ਧਾਰਮਿਕ ਜ਼ਮੀਨਾਂ ਮਾਫੀਆ ਦਾ ਇੱਕ ਮਸਤੂਣਾ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਹੈ, ਧਾਰਮਿਕ ਜ਼ਮੀਨਾਂ ਮਾਫੀਆ ਪੈਦਾ ਹੋ ਰਿਹਾ। ਉਹਨਾਂ ਨੇ ਕਿ ਜੇ ਰਜਿਸਟਰੀ ਬੈਲਟ ਸਾਡੀ ਮੰਨੀ ਜਾਂਦੀ ਹੈ, ਸਰਕਾਰ ਨਾਲ ਮਿਲ ਕੇ ਉਹਨਾਂ ਨੇ ਰਜਿਸਟਰੀ ਕਰਾਉਣ ਦਾ ਇੱਕ ਢੰਗ ਬਣਾਇਆ ਹੈ,
कि जे साड़ी रजिस्ट्री बननी जाती है तो 400-500 किला सानू मिल जूगा। इस करके ये माफिया शुरुआत माफिए की हैगी है, सरकार ये देखो मिली हुई है। एक तो गल ये सामने आई है क्योंकि जे कोई ये गल ना होंगी तो श्रोमणी गुरुद्वारा प्रबंधक कमेटी तो पहले ही तैयार है, जिवें प्रधान साहब ने तुहानू सारी गल दसी है, लौंगोवाल साहब ने। तो दूजी गल एक होर सामने आई है कि ये कॉलेज नहीं बनाना चाहते। देखो पत्थर रखिया, जे उत्थे कॉलेज बनाना होंदा तां पहले ही हाई कोर्ट के केस चल रहा डिस्प्यूटेड लैंड है, कदें डिस्प्यूटेड लैंड से कोई प्रवानगी ना तो लेती है, हुण तक भी नहीं कोई कॉलेज की प्रवानगी, वो केवल तो केवल पत्थर है। एक यह सियासी मुद्दा है, जिवें लौंगोवाल साहब ने कहा कि 2014 के एक जिवें आम पार्टी जिहड़ी आम आदमी पार्टी है वह मुद्दे मनाउंदी है, वह मुद्दा एक झूठा खड़ा करन दा एक यतन किया जाता है। और तीजी गल एक देखो अज बड़ी सामने आई है, पिछले दिन ही जो 12 तरीक नूं फग्गूवाला साहब इत्थे भुख हड़ताल से बैठे सी तां उही माफिया के कुछ बंदे इत्थे आए, जिहड़े धार्मिक जमीन माफिया के बंदे ने जिन्हां ने रजिस्ट्री करवाई है, उन्होंने परशोत्तम सिंह फग्गूवाले नूं दबकाया धमकाया, ते नाल उन्होंने ये कहा कि असी जिहड़ा तूं तां उदों जदों असी नकली हरिमंदर साहब बनाया इत्थे तूं उदों भी धरना दित्ता सी, तूं रोक नहीं सकिया, असी नकली हरिमंदर साहब भी बनाता, हुण तूं की कर लेगा। ये गल वीडियो वायरल हुई है, एक वो वीडियो वायरल दे विच असी सुणिया, तो इस करके ये मैं समझदा कि धार्मिक मुद्दा जिहड़ा पहले ही बहुत वड्डा इत्थे बनया होया, ये सिखां दीआं भावनावां भड़काउण वाला नकली हरिमंदर साहब बनन वाला, वो तो आप ही कवाल कर रहे हैं कि असी नकली हरिमंदर साहब बनाया। असी उल्ट तां इत्थे एसटीएम साहब सारा प्रशासन DSP साहब सारे बैठे सीगे, चाहिदा तां उन्हां ते परचा 295A दा करना, बल्कि जिहड़ा बंदा इंसाफ मंग रहा इत्थे धरने ते बैठा सी भुख हड़ताल ते इंसाफ मंग रहा सी, उह ते परचा दे के झूठा प्रशासन ने उहनूं जेल विच डकता। देखो सिख कौम की सरमौर संस्था श्रोमणी गुरद्वारा प्रबंधक कमेटी जिहड़ी पंथ की राखी लई गुरद्वारा साहब की राखी लई धर्म की राखी लई जिहड़ी काम करती है, तो श्रोमणी अकाली दल जिहड़ा उहदे हुक्मां की पालना करता है, हमेशा उहदे लई जिहड़ा कह सकते कि मोहरी होकर खड़ता है, जिथे भी कितें जरूरत पैंदी है श्रोमणी गुरद्वारा प्रबंधक कमेटी नूं तां श्रोमणी अकाली दल अपना फर्ज समझदा होया उत्थे मूहरे होकर मोहरी भूमिका निभाउंदा है। तो अज भी जिहड़ा है क्योंकि सानू अपील हुई सी तां असीं इस गल दा समर्थन दिता है क्योंकि बहुत वड्डा मसला कौम दा है। अज जिहड़ी इह शुरुआत कीती है भगवंत मान की सरकार ने कि जिहड़ियां गुरु घरां दीआं जमीनां ते कब्जा करना, इस इलाके च मैडिकल कॉलेज बनाउण दे नाते सियासत करनी जिहड़ी है ये बहुत ही मंदभाग है। अज तुसीं देखो जिस जगह ते मैडिकल कॉलेज बनाया जा रहा है कि भगवंत मान नूं क्योंकि इस इलाके च रहिंदे रहे ने, कोई नवें बाहरों तक मुख्यमंत्री है नहीं, संगरूर हिलक दी इत्थे ही पढ़े ने, इत्थे ही पता है, मीडिया नूं सरकार नूं अफसरां नूं सब नूं पता सी कि इस जमीन का केस चलता है, फिर भी इहदे बावजूद भी उन्होंने उस नूं जिहड़ी है रजिस्ट्री करवाई। रजिस्ट्री क्यों करवाई? क्योंकि वो इत्थे मैडिकल कॉलेज बनाउणा नहीं चाहुंदे, इहनूं मुद्दा बनाउणा चाहुंदे ने। जिहड़ी इह सरकार है इहदा मकसद जिहड़ा मुद्दे बनाउणा है, मुद्दे हल करना नहीं है। उस जगह दे सामने कौंसल वल्लों लिख के सरकार दी 55 एकड़ सिर्फ इंस्टीट्यूशनल वास्ते रखी हुई है, वह 55 एकड़ मेन सड़क पर लगती है, उहदे विच मैडिकल कॉलेज बनाउण दी जरूरत नहीं समझी उन्होंने। तो दूजे पासे जे सरकार 350 करोड़ का कॉलेज बनाउण दी गल कर सकती है कि 20 करोड़ की जमीन नहीं लै सकती, वो अक्वायर करके लोगों नूं तो लै लैंदी, तो असी अपने फर्ज समझते हुए मैं इस इलाके दे विच संगरूर का सेवादार होने के नाते मैं एक होर मंग रखी है कि तुसीं इह पुछो भगवंत मान साहब नूं, तुसीं कल्ला नहीं पत्थर रखता, इस कॉलेज का खाका की तैयार किया, तुसीं इस कॉलेज दे विच कोई किसी लिए मन्योरिटी लई किसी लिए इस इलाके दे लोकां लई किसी लिए की रिजर्वेशन की? संत महाराज अत्र सिंह जी महाराज के नाम से बन रहा है, वो आले दुआले पिंड जिन्हां दी जमीन है उन्हां लई तुसीं की रख्या? कोई उन्हां दे मुंडिआं नूं नौकरी, कोई उन्हां दे सीटां च राखवां करन, कितें कोई इहो जी चीज़ की है? कोई गल नहीं है। सिंपल की है, क्योंकि पता सी उन्हां नूं भी नीह पत्थर रख दो, कॉलेज बनाउण दी तां जरूरत ही है नहीं, उस तों बाद सियासत है। सो इस करके उन्हां दा कोई इहो जिहा मकसद नहीं है। बोली जिवें गल कीती जावे, जदों असीं रजिस्ट्री कराउंदे आ तां उहदे विच इक लाइन जरूर पाई जांदी है कि इह जिहड़ी जगह है किसे धार्मिक स्थान नाल संबंधित नहीं है, तो उस तों बाद ही रजिस्ट्री है जिहड़ी उह कीती जांदी है, पर इह जगह धार्मिक स्थान दे नाम भी सी, अदालत दे विच केस भी चल रहा है, किवें देखदे हो चीज़? देखो मैं ना जिन्नी क मेरी उम्र है जां मेरी समझ है जां मैं पढ़दा भी अंग्रेज़ां दे टाइम ते भी कदे इहो जिही गल नहीं हुंदी सी, जदों अंग्रेज़ां दी हुकूमत सी ना गुरु घरां नूं जमीन दिंदे तां देखे ने, गुरु घर तों जमीन लैंदे पहली बारी देखी है कोई सरकार जे देखी है, तुसीं ईवन पाकिस्तान दे विच वी जिहड़ी है कदे तुसीं इहो जिही रजिस्ट्री जिहड़ी हो जां इस तरह की कारवाई जिहड़ी है तुसीं उत्थे भी नहीं देखी होनी जिथे आपां अज अपने हक जिहड़े ने उत्थे सही नहीं हैगे। परंतु अज जे तुसीं देखा जावे सरकार वल्लों जिहड़ा ये कीता गया ये जिहड़ा सीधा डाका जिहड़ा साडे हक्कां ते साडी कौम ते साडे पंथ ते है, ते इहदे लई सरकार पुरजोर जिम्मेवार है। तो मेरी तो एको मंग है
कि इस कॉलेज नूं बनना चाहिए। ये कॉलेज इस इलाके की मंग है तो इस लंबे समय तो जी सियासत चलते छड के सार्थक तरीके जी जगह हैगी उ ये वास्ते देखो दूजी साड़ी बड़ी मंग यह कि असी डीसी साहब मंग पत्र दिता पिछले समय के डीसी साहब ने वो मंग पत्र तकरीबन महीने के नेड़े तेड़े हो चुके अज तक 20 नवंबर अज तक उसका कोई सानू जवाब नहीं आया। असी उत्थे इक्को गल बेनती की कि श्रोमणी अकाली दल ये मंग करता है कि इस इलाके मैडिकल कॉलेज बनाया जाए तो ये बाबत जी गलबात श्रोमणी गुरुद्वारा प्रबंधक कमेटी लिखती तौर पर की जाए परंतु अज तक यह जी कोई कार्रवाई नहीं।